ਹਿਟਲਰ ਕਹਿੰਦੇ ਨੇ ਹਾਏ ਪਾਵਾ ਨਿਤ ਖਲਾਰੇ। ਹਾਂਜੀ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਮੇਰੇ ਯੂਟਿਊਬ ਚੈਨਲ 'ਤੇ, ਅਤੇ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਇਨਵਾਇਰਮੈਂਟ 'ਤੇ ਕਿ ਇਨਵਾਇਰਮੈਂਟ ਕਿੰਨਾ ਜ਼ਿਆਦਾ ਜ਼ਰੂਰੀ ਆ, ਇਹ ਈਕੋ ਬੈਲੈਂਸ ਕਿੰਨਾ ਜ਼ਰੂਰੀ ਆ ਨਾ। ਅਤੇ ਜਿੱਦਾਂ ਸਰਕਾਰ ਕਹਿੰਦੀ ਆ, ਕਾਫੀ ਸਿਆਣੇ ਬੰਦੇ ਵੀ ਕਹਿੰਦੇ ਕਿ ਦਰੱਖਤ ਨਾ ਕੱਟੋ, ਦਰੱਖਤ ਬਹੁਤ ਜ਼ਰੂਰੀ ਆ, ਜੰਗਲਾਂ ਨੂੰ ਬਚਾਓ, ਕਿਉਂਕਿ ਜੰਗਲਾਂ ਦੇ ਵਿੱਚ ਕਿੰਨੇ ਇੱਦਾਂ ਜੰਗਲੀ ਜੀਵ ਰਹਿੰਦੇ ਆ ਨਾ, ਜਦੋਂ ਆਪਾਂ ਦਰੱਖਤ ਕੱਟੀ ਜਾਂਦੇ ਹਾਂ ਫਿਰ ਉਹ ਆਮ ਆਬਾਦੀ ਵੱਲ ਨੂੰ ਆਈ ਜਾਂਦੇ ਆ। ਹੁਣ ਇਹਦੇ ਵਿੱਚ ਨਾ ਉਹਨਾਂ ਜੀਵਾਂ ਦਾ ਵੀ ਕੋਈ ਕਸੂਰ ਨਹੀਂ ਹੈਗਾ, ਕਸੂਰ ਸਾਡਾ ਆਪਣਾ ਆ, ਉਨੀ ਵਿਚਾਰਿਆਂ ਨੇ ਤਾਂ ਰਹਿਣ ਲਈ ਜਗ੍ਹਾ ਲੱਭਣੀ ਆ। ਇੱਦਾਂ ਦੇ ਨਾ ਦੋ ਜੀਵ ਹੁਣ ਪੰਜਾਬ ਦੇ ਵਿੱਚ ਪਾਏ ਗਏ ਆ, ਜਿਨ੍ਹਾਂ ਤੋਂ ਕੁਛ ਜ਼ਿਆਦਾ ਖਤਰਾ ਤਾਂ ਨਹੀਂ ਹੈਗਾ, ਉਹ ਖੂੰਖਾਰ ਤਾਂ ਨਹੀਂ ਹੈਗੇ, ਪਰ ਉੱਦਾਂ ਕਾਫੀ ਤੰਗ ਕੀਤਾ ਉਹਨਾਂ ਨੇ ਲੋਕਾਂ ਨੂੰ। ਜਿੱਦਾਂ ਉਹ ਇੰਸਟਾਗ੍ਰਾਮ ਦੇ ਉੱਪਰ ਵੀਡੀਓ ਪਾਈ ਜਾਂਦੇ ਆ, ਹਰ ਚੀਜ਼ ਦੀ ਵੀਡੀਓ ਪਾਈ ਜਾਂਦੇ ਆ, ਵੀ ਜਿੱਦਾਂ ਉਹਨਾਂ ਨੇ ਕੋਈ ਠੇਕਾ ਲਿਆ ਹੁੰਦਾ ਨਾ ਵੀ ਅਸੀਂ ਇੰਸਟਾਗ੍ਰਾਮ ਦਾ ਜਿਹੜਾ ਸਰਵਰ ਉਹ ਡਾਊਨ ਕਰ ਦੇਣਾ ਆ। ਨਹੀਂ ਨਹੀਂ ਸੋਰੀ ਸੋਰੀ, ਮੇਰੇ ਤੋਂ ਗਲਤ ਕਹਿ ਹੋ ਗਿਆ ਸੀ, ਸ਼ਾਇਦ ਆਹ ਜੀਵ ਥੋੜਾ ਖਤਰਨਾਕ ਆ, ਇਹਦੇ ਤੋਂ ਪਲੀਜ਼ ਬਚ ਕੇ ਰਹੋ। ਹਾਂਜੀ, ਹਮਰੀ ਬੁਗੜੀ ਕੀ ਕਰ ਰਹੇ ਹੋ? ਛੱਲੀ ਤੋੜਨ ਲੱਗੀ। ਛੱਲੀ ਤੋਂ ਹਲੇ ਛੱਲੀ ਤਾਂ ਬਣੀ ਨਹੀਂ, ਮੈਂ ਖਾਣੀ ਆ। ਉਹ ਰਹਿਣ ਦੇ, ਹਲੇ ਤਾਂ ਹੋਈ ਨਹੀਂ, ਉਹ ਰਹਿਣ ਦੇ, ਉਹ ਰਹਿਣ ਦੇ, ਰਹਿਣ ਦੇ, ਰਹਿਣ ਦੇ ਪਾਗਲ, ਹਲੇ ਕੱਚੀ ਖਾਣੀ ਦਾ। ਕਿਉਂ ਇੱਕ ਕਮਲੀ ਟੋਲੇ ਮੈਨੂੰ ਮੇਰੇ ਮਗਰ ਪਾਤਾ ਹੈ ਯਾਰ, ਸੱਚੀ ਠੀਕ ਨਹੀਂ ਹੈਗੀ ਇਹ ਕੁੜੀ, ਮੈਨੂੰ ਲੱਗਦਾ ਮਨੁੱਖਤਾ ਦੀ ਸੇਵਾ ਵਾਲੇ ਮੈਂਟੂ ਭਾਜੀ ਨੂੰ ਫੋਨ ਕਰਨਾ ਪੈਣਾ ਆ। ਯਾਰ ਉਹਦੇ ਘਰ ਵਾਲਾ ਕਹੀ ਜਾਂਦਾ ਹੈ 15 ਦਿਨ ਰੋਕ ਲਾ, ਫਿਰ ਜਦੋਂ ਪੱਕ ਜਾਣੀਆਂ ਛੱਲੀਆਂ ਉਦੋਂ ਭੁੰਨ ਕੇ ਖਾਵਾਂਗੇ। ਹੁਣ ਉਹਨੂੰ ਕਮਲੇ ਨੂੰ ਕੌਣ ਦੱਸੇ, ਇੰਨਾ ਟਾਈਮ ਉਹਨੂੰ ਨਾਲ ਰਹਿੰਦੇ ਨੂੰ ਹੋ ਗਿਆ, ਹਜੇ ਤੱਕ ਇਹ ਨਹੀਂ ਪਤਾ ਲੱਗਾ ਉਹਨੂੰ ਕਿ ਇਹ ਕਿੰਨਾ ਕੁਛ ਚੜਦੀ ਹੈ ਸਾਰਾ ਦਿਨ, ਹੈ ਨਾ, ਹਰ ਟਾਈਮ ਖਾਂਦੀ ਰਹਿੰਦੀ ਕੁਛ ਨਾ ਕੁਛ, ਅਤੇ ਉਹਦੇ ਲਈ ਕੱਚੀ ਛੱਲੀ ਖਾਣੀ ਕਿੰਨੀ ਕੁ ਔਖੀ ਆ। ਨਾਲੇ ਇੱਦਾਂ ਭੁੰਨੀਆਂ ਛੱਲੀਆਂ ਤਾਂ ਇਨਸਾਨ ਖਾਂਦੇ ਆ, ਇੱਦਾਂ ਦੇ ਜੀਵਾਂ ਨੂੰ ਤਾਂ ਕੱਚੀਆਂ ਛੱਲੀਆਂ ਕੋਈ ਚੱਕਰ ਨਹੀਂ, ਇਹ ਖਾ ਲੈਂਦੇ ਆ, ਮੈਂ ਦੇਖੇ ਆ। That's not right. I'm sorry. Main community se I apologize ki that's too much. Haan ji, haan meri bugdi. Manchurian kha rahe ho? Aye aye, kalle kalle khai jande ho hain. ਹੋਰ ਯਾਰ, ਮਨਚੂਰੀਅਨ ਵਾਲੇ ਭਾਈ ਨੂੰ ਵੀ ਸੱਦ ਲੈਣਾ ਸੀ, ਉਹਦੇ ਨਾਲ ਬਹਿ ਕੇ ਖਾਣੇ ਸੀਗੇ। ਕੀ ਮਤਲਬ ਇਹਦਾ, ਕੱਲੇ ਕੱਲੇ ਖਾਈ ਜਾਂਦੇ ਆ? ਕੀ ਕਰ ਰਹੇ ਹੋ? ਅੱਛਾ ਜੀ, ਖੁਦ ਬਣਾ ਕੇ ਖੁਦ ਹੀ ਖਾਈ ਜਾਂਦੇ? ਮੈਂ ਜਦੋਂ ਇੱਕਦਮ ਆਹ ਰੀਲ ਦੇਖੀ ਨਾ, ਮੈਨੂੰ ਪਹਿਲੀ ਨਜ਼ਰ 'ਚ ਇੱਦਾਂ ਲੱਗਾ ਜਿੱਦਾਂ ਇਹਨੇ ਗੋਹਾ ਚੱਕਿਆ ਹੁੰਦਾ ਆ। ਮੈਂ ਕਿਹਾ ਪਤਾ ਨਹੀਂ ਕੋਈ ਪ੍ਰੈਂਕ ਪ੍ਰੂੰਕ ਕਰਨ ਲੱਗੇ ਹੋਣੇ ਆ, ਗੋਹੇ ਦੇ ਉੱਪਰ ਡਕਾਣੂ ਲਾਏ ਆ, ਪਰ ਜਦੋਂ ਇਹਨੇ ਉਂਗਲੀ ਮਾਰੀ ਮੈਨੂੰ ਉਦੋਂ ਪਤਾ ਲੱਗਾ ਇਹ ਖਾਣ ਵਾਲਾ ਕੇਕ ਆ। ਅੱਜ ਕੱਲ੍ਹ ਲੋਕਾਂ ਦਾ ਪਤਾ ਵੀ ਨਹੀਂ ਲੱਗਦਾ ਨਾ ਪ੍ਰੈਂਕ ਕਰਦਿਆਂ ਦਾ। ਕੀ ਖਾ ਰਹੇ ਹੋ? ਕੁਲਚਾ ਖਾ ਰਹੇ? ਖਾ ਲਾ ਖਾ ਲਾ, ਤੂੰ ਹੀ ਖਾ। ਇੱਕ ਤਾਂ ਯਾਰ ਇਹ ਬੋਲਦੀ ਇੰਨਾ ਨਾਟਕ ਕਰਦੀ ਆ ਨਾ, ਇੰਨਾ ਡਰਾਮਾ ਕਰਦੇ ਆ ਨਾ ਲੋਕੀ, ਬੰਦਾ ਪੁੱਛੇ ਨਾ ਤੂੰ ਨਿਆਣੀ ਆ, ਥਥਲਾ ਥਥਲਾ ਕੇ ਬੋਲਦੀ ਆ। ਮੈਨੂੰ ਪਹਿਲਾਂ ਲੱਗਾ ਸੀ ਪਤਾ ਨਹੀਂ ਇਹ ਵਾਕਈ ਥਥਲਾ ਕੇ ਬੋਲਦੀ ਆ, ਪਰ ਬਾਅਦ ਚੋਂ ਮੈਂ ਜਿਹਦੇ ਰੀਲਾਂ ਦੇਖੀਆਂ ਨਾ ਬਾਕੀ ਦੀਆਂ, ਫਿਰ ਮੈਨੂੰ ਪਤਾ ਲੱਗਿਆ ਉੱਦਾਂ ਸਹੀ ਬੋਲਦੀ ਆ, ਸਿਰਫ ਇਹ ਨਾਟਕ ਕਰਦੀ ਨੂੰ ਲੱਗਦਾ, ਪਤਾ ਨਹੀਂ ਮੈਂ ਕਿਊਟ ਬਹੁਤ ਲੱਗਦੀ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹਾਲ ਚਾਲ? ਵਧੀਆ ਹੋਵਾਂਗੇ। ਅਗਰ ਤੁਸੀਂ ਵੀ 10 ਤੋਂ 15 ਹਜ਼ਾਰ ਰੁਪਇਆ ਕਮਾਉਣਾ ਚਾਹੁੰਦੇ ਹੋ ਤਾਂ ਮੈਂ ਨੀਚੇ ਇੱਕ ਐਡੀ ਮੈਂਸ਼ਨ ਕੀਤੀ ਹੋਈ ਹੈ, ਸੈਮ ਟ੍ਰੇਡਰ। ਯੇ ਤੇਰੀ ਬੈਨ ਬੋਲ ਨਹੀਂ ਸਕਦੀ ਥੀ? ਨਹੀਂ ਬੋਲ ਸਕਦੀ ਥੀ। ਪਰ ਜਦੋਂ ਹੀ ਪ੍ਰਮੋਸ਼ਨਾਂ ਦੇ ਪੈਸੇ ਦੇਖੇ, ਕਿਆ ਹੁਆ ਵੀ ਕਿਆ ਹੁਆ, ਬੋਲਣ ਲੱਗੀ। ਮਿਰਾਕਲ 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 ਮਿਰਾਕਲ। ਹਾਂ ਮੇਰੀ ਬੁਗੜੀ। ਹਾਂਜੀ, ਹਾਂ ਮੇਰੀ ਬੁਗੜੀ, ਹੋ ਗਏ ਤਿਆਰ? ਚੱਲੀ ਗਈ? ਚਲੋ, ਕਿੱਥੇ ਚੱਲੇ ਆਪਾਂ? ਪਤਾ ਨਹੀਂ, ਫਿਰ ਜਦ ਪਤਾ ਹੀ ਨਹੀਂ ਪਈ ਤਿਆਰ ਕਿੱਥੇ ਨੂੰ ਹੋਈ ਹੋ ਇਹ, ਪਤਾ ਨਹੀਂ।
ਅੰਮ੍ਰਿਤਸਰ ਕੀ ਕਹਿੰਦੇ ਨੇ? ਸ਼ੁਕਰ ਆ ਭਰਾਵਾ, ਸ਼ੁਕਰ ਆ ਤੂੰ ਇਹਨੂੰ ਦਵਾਈ ਦਵਾਉਣ ਚੱਲਿਆ ਆ। ਜੇ ਤੂੰ ਮੇਰੀ ਸਲਾਹ ਮੰਨੇ ਦਵਾਈ ਦਵੂਈ ਨਾਲ ਇਹਨੂੰ ਫਰਕ ਪੈਣਾ, ਉੱਥੇ ਦਾਖਲ ਹੀ ਕਰਾਈ। ਕਹਿੰਦੇ ਅੰਮ੍ਰਿਤਸਰ ਪਾਗਲਖਾਨਾ ਹੈ ਨਾ, ਉੱਥੇ ਦਾਖਲ ਕਰਾ ਇਹਨੂੰ। ਕੁਛ ਟਾਈਮ ਸ਼ਾਇਦ ਇਹਨੂੰ ਫਰਕ ਪੈ ਜਾਵੇ, ਕਰੰਟ ਕਰੁੰਟ ਲਾਉਣਾ ਪੈਣਾ ਇਹਨੂੰ। ਹਾਂਜੀ ਹਾਂ ਮੇਰੀ ਬੁਗੜੀ, ਤਿਆਰ ਹੋ ਰਹੇ ਹੋ? ਕਿੱਥੇ ਚੱਲੇ? ਦਵਾਈ ਲੈ, ਸੁਰਖੀ ਲੱਗ ਜਾਂਦਾ ਕੋਈ? ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਇਹਨੂੰ ਦਵਾਈ ਦਵੂਈ ਨਾਲ ਕੋਈ ਫਰਕ ਨਹੀਂ ਪੈਣਾ, ਇਹਨੂੰ ਪਾਗਲਖਾਨੇ ਜਮ੍ਹਾਂ ਕਰਾਉਣਾ ਪੈਣਾ। ਉੱਥੇ ਸ਼ਾਇਦ ਥੋੜ੍ਹਾ ਟਾਈਮ ਰਹੂਗੀ ਤਾਂ ਠੀਕ ਹੋਣਾ ਇਹਨੇ। ਡਾਕਟਰ ਨੇ ਕਹਿਣਾ ਚੰਗੀ ਭਲੀ ਤਿਆਰ ਹੋ ਕੇ ਆਈ ਹੈ, ਬਿਮਾਰ ਕਿੱਥੋਂ? ਉਹ ਛੱਡ ਭਰਾਵਾ, ਡਾਕਟਰ ਨੇ ਕੀ ਕਹਿਣਾ ਕੀ ਨਹੀਂ। ਆ ਜਿਹੜਾ ਪਿੱਛੇ ਕੰਘਾ ਪਿਆ ਤੂੰ ਹੀ ਸਾਫ਼ ਕਰ ਲੈ ਇਹਨੂੰ, ਉਹ ਤਾਂ ਬਿਮਾਰ ਆ, ਉਹ ਤਾਂ ਤੈਨੂੰ ਪਤਾ ਹੀ ਆ ਦਿਮਾਗੀ ਤੌਰ 'ਤੇ ਠੀਕ ਨਹੀਂ ਹੈਗੀ, ਹੈ ਨਾ ਯਾਰ? ਇੰਨਾ ਗੰਦਾ ਕੰਘਾ, ਇੰਨਾ ਗੰਦਾ ਕੰਘਾ ਜਿੱਦਾਂ ਮੱਝਾਂ ਦਾ ਸਿਰ ਵਾਹਿਆ ਹੁੰਦਾ ਇਹਦੇ ਨਾਲ। ਨੀ ਮੈਂ ਰਾਜਾ ਤਾਂ ਨਹੀਂ ਅਮਰ ਜਾਣੀਏ, ਤੈਨੂੰ ਰਾਣੀ ਰੱਖੂਗਾ ਬਣਾ ਕੇ। ਹਾਂਜੀ ਆਟਾ ਕਰ ਰਹੇ ਹੋ? ਲੈ ਤਾਂ ਮੱਥੇ ਤੋਂ ਲੱਟ ਵੀ ਉਹਨੇ ਪਰੇ ਨਹੀਂ ਕੀਤੀ, ਉਹਨੂੰ ਲੱਗਦਾ ਹੋਣਾ ਪਤਾ ਨਹੀਂ ਮੈਂ ਕਿੰਨੀ ਸੋਹਣੀ ਲੱਗਦੀ ਹਾਂ, ਹੈ ਨਾ? ਇੱਦਾਂ ਮੇਰੇ ਮੱਥੇ 'ਤੇ ਲਾਟਿਆ, ਉਹਨੇ ਮੇਰੇ ਸਿਰ 'ਤੇ ਤਾਜ ਰੱਖ ਦਿੱਤਾ। ਜੇ ਵਾਕਈ ਤੈਨੂੰ ਰਾਣੀ ਬਣਾਉਣਾ ਉਹਨੂੰ ਸਿੰਘਾਸਨ ਵੀ ਚਾਹੀਦਾ, ਉਹਨੂੰ ਚੁੱਲ੍ਹਿਆਂ 'ਤੇ ਬਿਠਾ ਦੇ ਨਾਲ। ਹਾਂਜੀ ਹਾਂ ਮੇਰੀ ਬੁਗੜੀ, ਬਿਮਾਰ ਹੋ ਗਿਆ ਸੀ, ਹਲੋ ਚੋਰ ਖਾਓ, ਚਾਹ ਬਣੀ ਦੱਸੋ। ਹਾਂਜੀ ਚਲੀਏ ਫਿਰ ਦਵਾਈ ਲੈਣ। ਯਾਰ ਲੋਕਾਂ ਦੀ ਸੌਦੇ ਪੱਤੇ 'ਚ ਜ਼ਿੰਦਗੀ ਲੰਘ ਜਾਂਦੀ ਹੈ, ਇਹਦੀ ਫਰੂਟਾਂ ਅਤੇ ਦਵਾਈਆਂ 'ਚ ਲੰਘ ਜਾਊਗੀ ਵਿਚਾਰੀ ਦੀ ਜ਼ਿੰਦਗੀ। ਹਾਂਜੀ ਹਾਂ ਮੇਰੀ ਬੁਗੜੀ, ਕੀ ਪੀ ਰਹੇ ਹੋ? ਨਿੰਬੂ ਪਾਣੀ ਪੀ ਰਹੇ ਹੋ? ਇਕੱਲੇ ਇਕੱਲੇ ਪੀ ਰਹੇ ਹੋ? ਅੱਛਾ ਜੀ ਪੀ ਲਓ, ਪੀ ਲਓ, ਜਾ ਮਿੱਠਾ ਖਤਮ, ਪੀ ਲਓ ਪੀ ਲਓ। ਲੈ ਅੱਧੀ ਗਲਾਸੀ ਨਿੰਬੂ ਪਾਣੀ ਬਣਾ ਲਿਆ ਤੇ ਉਹ ਵੀ ਕੱਲੀ ਕੱਲੀ ਪੀਣ ਲੱਗ ਗਈ। ਛਬੀਲ ਲਾਉਣੀ ਚਾਹੀਦੀ ਸੀ ਤੁਹਾਨੂੰ ਇੰਨੇ ਨਿੰਬੂ ਪਾਣੀ ਦੀ। ਜੀ ਹਾਂ ਮੇਰੀ ਬੁਗੜੀ, ਕੀ ਖਾ ਰਹੇ ਹੋ? ਫਰੂਟ ਖਾ ਰਹੇ ਹੋ? ਕੱਲੇ ਕੱਲੇ ਖਾ ਰਹੇ ਹੋ ਹੈਂ? ਅੱਛਾ ਜੀ ਕੀ ਕੀ ਰੱਖਿਆ ਜੀ? ਐਪਲ, ਮੈਂਗੋ, ਬਨਾਨਾ, ਅਨਾਰ। ਸਾਰੇ ਪੰਜਾਬੀ 'ਚ ਬੋਲਦੇ, ਬਾਅਦ 'ਚੋਂ ਕੀ ਅਨਾਰ ਦੀ ਇੰਗਲਿਸ਼ ਨਹੀਂ ਆਈ ਹੈਗੀ? ਤੇਰੀ ਕਿਹੜਾ ਗੋਰਿਆਂ ਨੇ ਵੀਡੀਓ ਦੇਖਣੀ ਆ? ਮੈਨੂੰ ਬੜੀ ਖਿਝ ਆਉਂਦੀ ਇੱਦਾਂ ਦੇ ਲੋਕਾਂ ਤੋਂ ਜਿਹੜੇ ਪਹਿਲਾਂ ਇੱਦਾਂ ਇੰਗਲਿਸ਼ ਬੋਲੂਗੇ, ਬਾਅਦ 'ਚੋਂ ਜਦੋਂ ਕੋਈ ਅੱਖਰ ਨਹੀਂ ਆਉਂਦਾ ਫਿਰ ਉੱਥੇ ਪੰਜਾਬੀ ਲੱਭਣ ਲੱਗ ਜਾਂਦੇ ਆ। ਤੁਸੀਂ ਸਾਰੀ ਗੱਲ ਪੰਜਾਬੀ 'ਚ ਬੋਲ ਦਿਓ। ਇਕੱਲੇ ਇਕੱਲੇ ਖਾ ਰਹੇ ਹੋ ਹੈਂ? ਨਾ ਖਾਓ, ਹਾਏ ਹਾਏ ਸਵਾਦ ਆ, ਖਾ ਲਓ। ਯਾਰ ਇਸ ਬੰਦੇ ਦੀ ਜ਼ਿੰਦਗੀ 'ਚ ਕਿਹੜਾ ਥੋੜ੍ਹੇ ਦੁੱਖ ਆ, ਇੱਕ ਤਾਂ ਬਹੁਤ ਵੱਡਾ ਦੁੱਖ ਹੈ ਇਹਦੀ ਜ਼ਿੰਦਗੀ 'ਚ, ਹੈ ਨਾ? ਇਕੱਲੇ ਇਕੱਲੇ ਖਾ ਰਹੇ ਹੋ, 5-7 ਜਣਿਆਂ ਨੂੰ ਨਾਲ ਲੈ ਕੇ ਖਾਣਾ ਚਾਹੀਦਾ ਉਹਨੂੰ, ਹੈ ਨਾ? ਹਾਂਜੀ ਹਾਂ ਮੇਰੀ ਬੁਗੜੀ, ਕੀ ਖਾ ਰਹੇ ਹੋ ਇਕੱਲੇ ਇਕੱਲੇ? ਦੋਵੇਂ ਤੁਸੀਂ ਝੱਲੇ ਝੱਲੇ, ਦਿਮਾਗ ਤੁਹਾਡੇ ਗੋਡਿਆਂ ਤੋਂ ਥੱਲੇ ਥੱਲੇ ਓਏ ਹੋਏ, ਬੱਲੇ ਬੱਲੇ, ਕੀ ਖਾ ਰਹੇ ਹੋ ਇਕੱਲੇ ਇਕੱਲੇ? ਬੜੀ ਡਿਸਟੈਂਸ, ਸੌਰੀ ਬਾਸੀ ਅੰਕਲ। ਚਲੋ ਛੱਡੋ ਇਹਨਾਂ ਨੂੰ, ਇਹਨਾਂ ਦੇ ਉੱਪਰ ਅੱਜ ਕਾਫੀ ਲੰਬੀ ਮੈਂ ਵੀਡੀਓ ਬਣਾ ਦਿੱਤੀ ਆ, ਪਰ ਜਿਹੜੇ ਬੰਦੇ ਨੂੰ ਤੁਸੀਂ ਹੁਣ ਦੇਖੋਗੇ ਨਾ ਜਾਂ ਤੁਸੀਂ ਉਹਦੀਆਂ ਗੱਲਾਂ ਸੁਣੋਗੇ ਤਾਂ ਤੁਹਾਡਾ ਉਹਦੇ ਮੂੰਹ 'ਤੇ ਚਪੇੜਾ ਮਾਰਨੇ ਨੂੰ ਜੀ ਕਰੂਗਾ ਪੱਕਾ। ਵੈਸੇ ਉਹ ਮੈਨੂੰ ਪਹਿਲਾਂ ਹੀ ਨਹੀਂ ਪਸੰਦ ਸੀਗਾ, ਪਰ ਹੁਣ ਤਾਂ ਬਾਲੀਏ ਕਮਲੀਆਂ ਮਾਰਦਾ ਆ। ਭਾਈ ਕੱਲ੍ਹ ਨਾ ਮੈਨੂੰ ਕਾਲ ਆਇਆ, ਬੜੇ ਪਿਆਰੇ ਸ਼ਬਦ ਸੇ ਉਸਨੇ ਬੋਲਾ ਆਈ ਲਵ ਯੂ ਜਾਂ ਫਿਰ ਆਈ ਐਮ ਯੂਰ ਬਿਗ ਫੈਨ, ਇੱਦਾਂ ਦਾ ਕੁਛ ਬੋਲਿਆ ਹੋਣਾ ਕਿ ਭਾਈ ਤੇਰੀ ਬੈਨ ਕੋ ਉਠਾ ਲੈਂਗੇ। ਯਾਰ ਸਦਾਈਆਂ ਦੇ ਲੀਡਰ ਇਹ ਗੱਲਾਂ ਕੋਈ ਪਿਆਰ ਨਾਲ ਬੋਲਦਾ ਹੁੰਦਾ ਆ? ਪਾਗਲ ਕਿਸੇ ਥਾਂ ਦਾ ਚਪੇੜਾਂ ਵਾਲੇ ਕੰਮ ਕਰਦਾ ਵਾ ਕੀ ਇਹ? ਭਾਈ ਉਠਾਣੇ ਕੀ ਤੋਂ ਬਾਅਦ ਬਹੁਤ ਦੂਰ ਕੀ ਹੈ, ਤੁਸੀਂ ਕੋ ਹੱਥ ਤੋਂ ਲਗਾ ਕੇ ਦਿਖਾ, ਤੁਝੇ ਆਪਣੀ ਜ਼ਿੰਦਗੀ ਸੇ ਨਫ਼ਰਤ ਨਾ ਕਰਵਾ ਦੀ ਨਾ, ਮੇਰਾ ਨਾਮ ਬਦਲ ਦਿਓ।
ਮੈਨੂੰ ਹੈ ਨਾ ਇਹ ਪਹਿਲਾਂ ਵੀ ਬਹੁਤ ਜ਼ਿਆਦਾ ਕ੍ਰਿੰਜ ਲੱਗਦਾ ਸੀ ਇੱਕ ਇਹ ਅਤੇ ਇੱਕੇ ਦੀ ਸਹੇਲੀ, ਪਰ ਯਾਰ ਆਹ ਵੀਡੀਓ ਤਾਂ ਇੰਨੀ ਜ਼ਿਆਦਾ ਘਟੀਆ, ਇੰਨੀ ਜ਼ਿਆਦਾ ਘਟੀਆ, ਇਹਨੂੰ ਸ਼ਾਇਦ ਇਹਦਾ ਮਤਲਬ ਵੀ ਨਹੀਂ ਪਤਾ ਹੋਣਾ ਕਿ ਜਿਹੜੀ ਮੈਂ ਗੱਲ ਕਰਦਾ ਇਹਦਾ ਮਤਲਬ ਕੀ ਹੁੰਦਾ ਜਦੋਂ ਕੋਈ ਇੱਦਾਂ ਦੀ ਧਮਕੀ ਦਿੰਦਾ ਆ। ਪਾਗਲ ਬੰਦਾ ਯਾਰ, ਬਿਲਕੁਲ ਈਡੀਅਟ ਬੰਦਾ, ਦਿਮਾਗ ਪਤਾ ਨਹੀਂ ਇਹਨਾਂ ਦੇ ਕਿੱਥੇ, ਰੀਲਾਂ ਵਾਲਿਆਂ ਦੇ ਗਿੱਟਿਆਂ 'ਚ ਨਾ ਦਿਮਾਗ ਵਾਕਈ। ਭਾਈ ਇਹ ਤੁਸੀਂ ਮੇਰੇ ਸੰਸਕਾਰ ਕੀ ਬਾਤ ਹੈ ਕਿ ਅੱਜ ਕੱਲ੍ਹ ਮੈਂ ਚੁੱਪ ਹੂੰ। ਹਾਂ ਐਡੀ ਤੁਲ ਦੇਣ ਦੀ ਖੱਬੀ ਵਾ ਹੈ, ਤੇ ਹੁਣੇ ਕਿਸੇ ਨੇ ਮੋਬਾਈਲ ਖੋਣ ਵਾਲੇ ਨੇ ਰੋਕ ਲਿਆ ਨਾ ਚਾਕੂ ਦਿਖਾ ਕੇ, ਉੱਥੇ ਗਸੀ ਖਾ ਕੇ ਡਿੱਗ ਜਾਣਾ ਆ। ਮੈਂ ਨਾ ਰਿਐਲਿਟੀ ਬਤਾਊਂ, ਜਿੰਨਾ ਅੱਜ ਕੱਲ੍ਹ ਤੁਮ ਲੋਕ ਭੌਂਕ ਰਹੇ ਹੋ ਨਾ, ਮੇਰੇ ਗਲੀ ਕੇ ਕੁੱਤੇ ਵੀ ਨਹੀਂ ਭੌਂਕਦੇ। ਵਾਜੋ ਲੈਂਗੁਏਜ, ਜੇ ਮੁੜ ਕੇ ਸ਼ਬਦ ਬੋਲੇ ਮੈਂ ਤੇਰੀ ਜੀਭ ਕੱਟ ਦੂੰ ਤੇਰੀ ਮੈਂ। ਕੋਈ ਮਤਲਬ ਬਣਿਆ ਇਹਦੀ ਗੱਲ ਦਾ? ਭਰਾਵਾ ਕਿਸੇ ਤੋਂ ਲਿਖਾ ਲਿਆ ਕਰ ਜਿਹੜੀਆਂ ਦੋ ਲਾਈਨਾਂ ਬੋਲਣੀਆਂ ਹੁੰਦੀਆਂ ਆ, ਆਪ ਤੇ ਕੋਈ ਗੱਲ ਨਹੀਂ ਬਣਦੀ ਹੈਗੀ। ਅਤੇ ਬਾਕੀ ਆਪਾਂ ਵੀ ਇੱਥੇ ਵੀਡੀਓ ਦਾ ਐਂਡ ਕਰਦੇ ਹਾਂ, ਅਤੇ ਜੇ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਪਰ ਫੋਲੋ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਮੈਨੂੰ ਫੋਲੋ ਕਰ ਸਕਦੇ, ਮੇਰੀ ਆਈ ਡੀ ਉੱਪਰ ਮੈਨਸ਼ਨ ਆ। ਅਤੇ ਬਾਕੀ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਕਮੈਂਟ ਪਲੀਜ਼ ਜ਼ਰੂਰ ਕਰਿਓ, ਅਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੇ ਵਧੀਆ ਲੱਗੀ, ਅਤੇ ਬਾਕੀ ਮੇਰਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਬਹੁਤ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ, ਅਤੇ ਮੇਰੀ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ। ਓਕੇ ਬਾਏ।